ਪਿੰਡ ਚ ਕਿੰਨਾ ਦਿਨ ਖਾਇਆ ਇਹਨੇ ਖਾਇਆ ਜੀ ਤੁਹਾਡਾ ਲਾ ਲਓ 400 ml ਤੇਲ ਖਾਇਆ 4 ਮਿੰਟ 20 ਸਕਿੰਟ ਚ 2 ਪੁਆਇੰਟ ਉੱਪਰ ਵੀ ਸੀਗਾ ਉੱਪਰ ਵੀ ਹੈ ਤਾਂ ਥੋੜਾ ਜਿਹਾ ਇੱਕ ਲਾ ਲਓ ਇੱਕ ਲਾ ਲਓ ਚਲੋ ਉਹੀ ਆਪਾਂ ਕਰਤਾ ਨਾ ਇਹਨੂੰ ਹੁਣ ਪੂਰਾ ਟੱਕ ਤੇ ਆ ਇੱਕ ਇੱਕ ਖੜ ਜਾਓ ਇੱਕ ਮਿੰਟ ਇੱਕ ਰੌਂਡ ਇਹਦਾ 4 ਵੀਲ 4 ਵੀਲ ਚਲਾ ਲਓ ਭਾਈ ਉਹ 4 ਵੀਲ ਟਰੈਕਟਰ ਨਾਲ ਚੱਲਣਾ ਹੈ 4 ਵੀਲ 4x4 ਚ ਦਾ ਕੋਈ ਵੀ ਟਰੈਕਟਰ ਦਾ ਕੋਈ ਮੁਕਾਬਲਾ ਨਹੀਂ ਇਹਨਾਂ ਦੇ 4 ਦਾ ਇਹਨਾਂ ਦਾ ਮੁਕਾਬਲਾ ਹੋ ਸਕਦਾ ਹੈ ਦੇਖ ਰਿਹਾ ਵੀ ਕਿਤੇ ਕੋ ਮਾਰੂਗਾ ਜਾਂ ਘਟੂਗਾ ਹੈਲੋ ਹਾਂਜੀ ਮਿੱਤਰਾ ਕਿੱਦਾਂ ਸਾਰੇ ਬਹੁਤ ਸਾਰੇ ਵਧੀਆ ਹੋਗੇ ਨਾ ਅੱਜ ਆਪਾਂ ਕਬੋਟਾ MU 5502 ਬੁਲਾਇਆ ਡੈਮੋ ਵਾਸਤੇ ਉਹ ਤੁਹਾਨੂੰ ਆਪਾਂ 855 4x4 ਨਾਲ ਵੀ ਦਿਖਾਵਾਂਗੇ ਚੱਲਦਾ 5410 ਨਾਲ ਵੀ ਜੋਂਡੇਰ 5055E ਨਾਲ ਵੀ ਦਿਖਾਵਾਂਗੇ ਵੀਡੀਓ ਕਾਫੀ ਲੰਬੀ ਹੋ ਜੂਗੀ ਆਪਾਂ ਇਹਨਾਂ ਨੂੰ 2-3 ਪਾਰਟ 'ਚ ਡਿਵਾਈਡ ਕਰ ਦਾਂਗੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਵਰਾਜ 855 4x4 ਨਾਲ ਚੱਲਦਾ ਕਬੋਟਾ MU 5502 ਦੋਨੋਂ ਸੇਮ ਕੈਟਾਗਰੀ ਦੇ ਟਰੈਕਟਰਾਂ ਦੋਨੋਂ 4x4 ਆ ਮਾਈਲੇਜ ਟੈਸਟ ਵੀ ਦੇਖਾਂਗੇ ਕੱਢ ਕੇ ਕਿਹੜਾ ਘੰਟੇ ਦਾ ਕਿੰਨਾ ਡੀਜ਼ਲ ਵਗੈਰਾ ਖਾਂਦਾ ਨੌ ਨੌ ਦੀ ਹੈਰੋਂ 'ਤੇ ਆਪਾਂ ਚੈੱਕ ਕਰਨਾ ਇਹਨੂੰ ਆ ਜਾਓ ਬਣੇ ਰਹੋ ਵੀਡੀਓ 'ਚ ਦੇਖੋ ਫਿਰ ਕੀ ਤੱਥ ਨਿਕਲਦਾ ਕਬੂਤਾ ਵਾਲੇ ਕਰ ਰਹੇ ਹਾਂ ਤੇਲ ਪਾਣੀ ਚੈੱਕ ਆਪਣਾ ਮੀਟਰ 'ਚ ਦਿਖਾ ਕੇ ਇੱਕ ਵਾਰ ਵੀ ਕਿੰਨਾ ਇਹ ਜੌਂਡੀਅਰ ਤੇ ਹਾਂ ਅਸੀਂ ਜੌਂਡੀਅਰ ਵੀ ਦੇਖਣਾ 60 ਰੁਪਏ ਦੇਖਣਾ ਉਹ ਟਰੈਕਟਰ ਰੁਪਏ ਦੇਖਣਾ ਕਿਆ ਸਿਲੰਡਰ ਅੱਛਾ ਜੀ ਕਿਹਦਾ ਕਿੰਨਾ ਤੇਲ ਖਰਚ ਹਾਂ ਜੀ ਕਿਆ ਸਿਲੰਡਰ ਹੈ ਪਾਵਾਂ ਜੀ ਤੇਲ ਇਸ ਹਾਂ ਹਾਂ ਪਾਵਰ ਪਾ ਤੇਲ ਦਾ ਸਾਰਿਆਂ 'ਚ ਦੇਖ ਕੇ ਫਾਇਦਾ ਅੱਛਾ ਇਹਦਾ ਵਾਪਸੀ ਵੀ ਆਪਾਂ ਨੇ ਨਾਲ ਕਰਨਾ ਪੈਣਾ ਹੈ ਨਾ ਹਾਂ ਵਾਪਸੀ ਵਾਲਾ ਫਿਰ ਐ ਨਾ ਜੋ ਨਾਲੇ ਦੇਣਾ ਦੋਆਂ ਦਾ ਵੀ ਬ੍ਰੇਕ ਨਹੀਂ ਕਰਨਾ ਪੈਣਾ ਆਪਾਂ ਨੂੰ ਹਾਂ ਜੀ ਹਾਂ ਕਰਾਂਗੇ ਜੀ ਠੀਕ ਠੀਕ 2 ਲੀਟਰ ਜੀ ਪੂਰਾ ਪੂਰਾ ਪਵਾਇਆ ਠੀਕ ਹੈ ਜੀ ਹੋ ਗਿਆ 2 ਲੀਟਰ ਚੱਕੋ ਜੀ 2 ਲੀਟਰ ਪਰ ਪਾਤੇ ਮੈਂ ਦੇਖਦਾ ਪਰਫੋਰਮੈਂਸ ਐਵਰੇਜ ਵਗੈਰਾ ਠੀਕ ਆ ਕਿ ਨਹੀਂ ਕਰਦੇ ਚੈੱਕ ਹੁਣ ਦੇਖਦੇ ਜੀ ਓਕੇ ਇਹਨੂੰ ਕੀ ਰੰਗ ਲਾਉਂਦਾ ਹੈ ਕੀ ਟਾਈਮਿੰਗ ਟੂਮਿੰਗ 'ਚ ਵਾਪਸ ਮੁੜਦਾ ਬਾਕੀ ਸਾਰੇ ਵੀ ਦਿਖਾਉਂਦੇ ਹਾਂ ਤੁਹਾਨੂੰ ਮਾਈਲੇਜ ਟੈਸਟ ਵੀ ਨਾਲੋ ਨਾਲ ਹੋਣਾ ਮੇਰੇ ਵੀਰੇ ਨਾਲੋ ਨਾਲ ਹੁਣ 4x4 'ਚ ਕਰਦੇ ਬਾਈ ਚੈੱਕ ਆਪਾਂ ਇਹਨੂੰ ਟਾਈਮ 'ਚ ਵੀ ਫਰਕ ਪਊਗਾ ਐਵਰੇਜ 'ਚ ਵੀ ਫਰਕ ਪਊਗਾ ਦੇਖਦੇ ਹਾਂ ਚੈੱਕ ਕਰਕੇ 4x4 'ਚ 2000 RPM ਸੇਮ ਗੇਅਰ ਆ 4x4 ਡਰਾਈਵ ਮਿੱਤਰੋ ਪਹਿਲਾ ਰਾਊਂਡ 4x4 ਡਰਾਈਵ 'ਚ ਲੈ ਕੇ ਮੁੜਿਆ ਕਬੋਟਾ ਹੁਣ ਆਪਾਂ ਨੇ ਇਹਦਾ 2 ਗੇੜਿਆਂ ਦੀ ਟਾਈਮਿੰਗ 2 ਗੇੜੇ ਹੀ ਲਾ ਕੇ ਪਹਿਲਾਂ ਤੇਲ ਐਵਰੇਜ ਖਰਚਾ ਵਗੈਰਾ ਦੇਖਣਾ ਕਿੰਨਾ ਘਟਿਆ ਜਾਂ ਵਧਿਆ ਜੋ ਵੀ ਆ
ਪਹਿਲਾਂ ਦੋ ਗੇੜੇ ਆਪਾਂ ਨੇ ਟੂ ਸਪੀਡ ਚਲਾਏ ਆ, ਹੁਣ ਦੋ ਫੋਰ ਵੀਲ ਚਲਾ ਕੇ ਸੇਮ ਜਗ੍ਹਾ 'ਤੇ ਰੋਕ ਕੇ ਆਪਾਂ ਇਹਦਾ ਟਾਈਮ ਅਤੇ ਖਰਚਾ ਚੈੱਕ ਕਰਨਾ ਟਰੈਕਟਰ ਦਾ ਕਿੰਨਾ ਹੈ, ਫਿਰ ਦਿਖਾਉਂਦੇ ਹਾਂ ਤੁਹਾਨੂੰ ਕੀ ਪ੍ਰੋਬਲਮ ਚਾਹੀਦੀ ਆਪਣੇ ਟਰੈਕਟਰਾਂ ਦੇ ਮੁਕਾਬਲੇ, ਉਹਨਾਂ ਦੇ ਵੀ ਚਲਾ ਕੇ ਦੇਖੇਗੇ, ਸੇਮ ਮੀਟਰ ਉਹੀ ਲਾ ਕੇ ਤੇਲ ਵਾਲਾ ਆਪਾਂ ਸਾਰਾ ਚੈੱਕ ਕਰੇਂਗੇ। ਦੂਆ ਗੇੜਾ ਸਟਾਰਟ ਹੋ ਗਿਆ, ਬਾਈ ਕਹਿੰਦੇ ਯਾਰ ਫੋਰ ਵੀਲ ਟਰੈਕਟਰ ਟੂ ਸਪੀਡ 'ਚ ਥੋੜ੍ਹਾ ਜਿਹਾ ਭਾਰਾ ਹੀ ਚੱਲੂਗਾ ਕਿਉਂਕਿ ਮੂਹਰੇ ਵਜਨ ਲੈ ਕੇ ਚੱਲਣਾ ਉਹਨੇ। ਹੁਣ ਆਪਾਂ ਫੋਰ ਵੀਲ 'ਚ ਲਾ ਲਏ ਦੋ ਗੇੜੇ, ਇਹਦੇ ਦੇਖਦੇ ਹਾਂ ਚੈੱਕ ਕਰਕੇ। ਦੂਆ ਗੇੜਾ ਕਬੂਟਾ ਆਪਣਾ ਲੈ ਕੇ ਹਾਜ਼ਰ ਹੋ ਗਿਆ ਆਪਣੇ ਸਾਹਮਣੇ, ਹੁਣ ਪਹੁੰਚ ਗਿਆ। ਹੁਣ ਇਹਨੂੰ ਫੋਰ ਵੀਲ ਦਾ ਆਪਾਂ ਲਾਸਟ ਗੇੜਾ ਇਹ ਨਾ ਦੂਜਾ, ਆਪਾਂ ਇਹਦੀ ਹੁਣ ਐਵਰੇਜ ਖਰਚਾ ਟਾਈਮ 'ਤੇ ਫਰਕ ਦੇਖਦੇ ਹਾਂ ਕਿੰਨਾ ਪਿਆ ਪਾਇਆ ਜੀ। ਹੁਣ ਟਰੈਕਟਰ ਨੇ ਗ੍ਰਿਪ ਵਧੀਆ, ਬਾਕੀ ਤੇਲ ਖਰਚਾ ਵਧਿਆ ਜਾਂ ਘਟਿਆ ਉਹ ਆਪਾਂ ਨੂੰ ਹੁਣ ਚੈੱਕ ਕਰਕੇ ਪਤਾ ਲੱਗਣਾ। ਕਰਦੇ ਇਹਨੂੰ ਚੈੱਕ, ਵਾਹ ਕਿੱਥੇ ਲੈ ਕੇ ਚੱਲਿਆ ਹੁਣ ਮਿੱਤਰੋ। ਕਬੋਟਾ ਦਾ ਤੀਆ ਗੇੜਾ ਆ ਗਿਆ ਮੇਰੇ ਵੀਰੇ, ਉਹ ਜ਼ਿਆਦਾ ਡਰਾਈਵਰ ਆਪਣਾ ਇਹ ਕਰੂਗਾ 4:20 ਟਾਈਮ ਪੂਰਾ, ਜਿੰਨਾ ਟੂ ਸਪੀਡ 'ਚ ਦਾ ਵੀ ਉਹ ਹਿਸਾਬ ਨਾਲ ਤੇਲ ਖਰਚਾ ਦੇਖਾਂਗੇ ਨਾ। ਹਾਂ 4:20 ਤੋਂ ਬਾਈ ਕਹਿ ਰਿਹਾ ਉਹ ਵੱਧ ਹੋ ਗਿਆ, ਆਵਾਜ਼ ਐਨ ਉੱਪਰ ਸਾਈਲੈਂਟ ਆ ਨਾ, ਟਰੈਕਟਰ ਸੁਣਦਾ ਸਾਰਾ ਉਰੇ ਤੱਕ ਵੀ ਡਰਾਈਵਰ ਕਿਆ ਕਹਿ ਰਿਹਾ ਉੱਪਰ। ਬਾਕੀ ਹੁਣ ਇਹ ਟਾਈਮ 4:20 ਦੇ ਚੱਕਰ 'ਚ ਦਾ, ਇਹਨੇ ਹੁਣ ਗੇੜਾ ਵੱਧ ਲਾਤਾ ਇੱਕ ਉਹੀ ਟਾਈਮ 'ਚ, ਥੋੜ੍ਹਾ ਬਹੁਤਾ ਟੱਪਿਆ ਹੋਣਾ ਉੱਪਰ। ਚੌਥਾ ਗੇੜਾ ਲੈ ਕੇ ਫੇਰ ਜਾ ਰਿਹਾ ਇਹ, ਰੋਕੇ ਤੇ ਪਤਾ ਲੱਗੂਗਾ ਕਿਆ ਕਰ ਰਿਹਾ ਬਾਈ, ਕਿਆ ਦਿਖਾ ਰਿਹਾ ਹੈ ਨਾ, ਕੋਈ ਪਤਾ ਨਹੀਂ ਲੱਗ ਰਿਹਾ ਜੀ। ਮਿੱਤਰੋ ਉਹਦਾ ਤਾਂ ਸਰਕਲ ਜਿਹਾ ਹੀ ਰੋਡ ਤੇ ਰੋਲ ਤੇ ਆ ਸਾਰਾ ਹੀ ਯਾਰ, ਹੈ ਨਾ। ਹੁਣ 10 ਮਿੰਟ ਇਹਨੇ ਫੋਟੋ ਖਿੱਚੋ ਯਾਰ ਇੱਥੇ, ਹਾਂ ਦੂਆ 10 ਮਿੰਟ ਚਲਾ ਕੇ ਦੇਖਣਾ ਆਪਾਂ ਨੇ ਵੀ ਇੰਨਾ ਹੀ ਖਾ ਰਹੇ ਵੱਧ ਸਾਰੇ, ਇਹ 10 ml ਵੱਧ ਸੀ ਨਾ। ਹਾਂਜੀ ਪਚਵੰਜਾ ਜੋੜਿਆ 8:55 ਹੁਣ ਆਪਣਾ ਚੋਬਰ ਦੇਸੀ ਮਾਡਲ ਸਵਰਾਜ, ਇਹਦਾ ਆਪਾਂ ਨੇ ਤੇਲ ਤੂਲ ਖਰਚਾ ਨਹੀਂ ਦੇਖਣਾ, ਇਹਦਾ ਚੱਕਰ ਹੀ ਦੇਖਣਾ ਬਸ ਵੀ ਪਰਫੋਰਮੈਂਸ ਫੋਰ ਵੀਲ 'ਚ ਉਹਦੇ ਬਰਾਬਰ ਹੈ ਇਹ ਨਾਲੇ ਫੋਰ ਵੀਲ ਦੇ ਕਿ ਨਹੀਂ। ਕਾਕੀ 2000 ਵੱਧ ਕਰ ਲੈ ਜਿੰਨੇ ਕਰ ਲਈ, ਫੋਰ ਬਾਈ ਫੋਰ 'ਚ 8:55 ਜਾ ਰਿਹਾ ਬਾਈ, ਪਤਾ ਲੱਗ ਰਿਹਾ ਟਰੈਕਟਰ ਲੰਘਿਆ ਕੋਲ ਨੂੰ ਕੋਈ, ਸਲਿੱਪੇ ਚੈੱਕ ਕਰਨੇ ਤੇ ਆਪਾਂ ਹੁਣ ਤਾਂ ਦੋਸਤ ਮਿੱਤਰੋ ਆ ਗਿਆ 8:55, ਆਪਾਂ ਸਿਰਫ ਸਲਿੱਪੇ ਚੈੱਕ ਕਰਨੇ ਤੇ 54 10 ਵਾਲਾ ਉੱਪਰ ਬਹਿ ਗਿਆ ਬਾਈ ਹੁਣ
ਫੋਰ ਬਾਈ ਫੋਰ 'ਚ ਤਾਂ ਕੋਈ ਕੋਈ ਵੀ ਟਰੈਕਟਰ ਦਾ ਕੋਈ ਮੁਕਾਬਲਾ ਨਹੀਂ, ਉਹਨਾਂ ਦੇ ਫੋਰ ਦਾ ਇਹਦੇ ਨਾਲ ਮੁਕਾਬਲਾ ਹੋ ਸਕਦਾ। ਸਲਿਪੇ ਆ ਉਹਨਾਂ ਵਾਲੇ ਦਬ ਤਾਂ ਨੀ ਰਿਹਾ ਇੰਜਣ ਯਾਰ, ਚੱਲ ਦਬਦਾ ਨੀ ਹੈ ਟਰੈਕਟਰ ਦਾ ਹੀ ਦਬਦਾ, ਸਲਿਪ ਇੰਜਣ ਹੁੰਦਾ ਮੇਨ ਵੀ ਦਬਦਾ ਨੀ ਰਿਹਾ, ਸਲਿਪ ਦਾ ਕੋਈ ਚੱਕਰ ਨੀ ਹੈ। ਆਪਦੇ ਸ਼ੇਰ ਨੇ ਐਂਡ ਕਰਾਤਾ ਹੈਗਾ ਮੈਂਟ, ਉਹ ਕਹਿ ਰਹੇ ਹੁਣ ਇਹਨੂੰ ਬਿੱਕਰ ਲਾ ਕੇ ਦੇਖੋ ਆਪਣਾ ਤੇਲ ਮੀਟਰ ਵਾਲਾ ਵੀ, ਇਹ ਤੇਲ ਵੱਧ ਖਾਊਗਾ ਪਰਫੋਰਮੈਂਸ, ਸਿਰਾ ਦਿਖਾ ਗਿਆ ਇਹ ਉੱਪਰ। ਕਹਿ ਰਹੇ ਮੀਟਰ ਇਹਨੂੰ ਲਾ ਕੇ ਦੇਖਣਾ ਤੇਲ ਵਾਲਾ।